ਉਸੇ ਦਿਨ ਭਿੱਖੀ ਪਿੰਡ ਦੇ ਨੇੜਲੇ ਪਿੰਡ ਸਿੰਘਪੁਰਾ ਵਿਖੇ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਦੋ ਨਿਹੰਗ ਸਿੰਘਾਂ ਦੇ ਮਾਮਲੇ ਦੀ ਜਾਂਚ ਲਈ ਮੁਹਾਲੀ ਤੋਂ ਦੋ ਮੈਂਬਰੀ ਟੀਮ ਘਟਨਾ ਸਥਾਨ ਤੇ ਪੁੱਜੀ ਜਿਨ੍ਹਾਂ ਵੱਲੋਂ ਡੀਐਸਪੀ ਰਾਜਵੀਰ ਸਿੰਘ ਨੂੰ ਨਾਲ ਲੈ ਕੇ ਘਟਨਾ ਸਥਾਨ ਤੇ ਡੁੱਲੇ ਖੂਨ ਦੇ ਨਮੂਨੇ ਗੋਲੀਆਂ ਦੇ ਖੋਲ ਅਤੇ ਜਗ੍ਹਾ ਦੀ ਮਿਣਤੀ ਕੀਤੀ ਗਈ। ਇਸ ਮੌਕੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਦੇ ਪੁਲਿਸ ਮੁਖੀ ਦੇ ਕਹਿਣ ਤੇ ਅਸੀਂ ਇੱਥੇ ਪੁੱਜੇ ਹਾਂ। ਉਹਨਾਂ ਕਿਹਾ ਕਿ ਜੋ ਵੀ ਸਾਰੇ ਸਬੂਤ ਮਿਲੇ ਨੇ ਉਹਨਾਂ ਨੂੰ ਇਕੱਤਰ ਕਰਕੇ ਇੱਕ ਰਿਪੋਰਟ ਤਿਆਰ ਕਰਨ ਨੂੰ ਉਪਰੰਤ ਕਾਰਵਾਈ ਕਰਨ ਲਈ ਵਿਭਾਗ ਨੂੰ ਭੇਜ ਦਿੱਤੀ ਜਾਵੇਗੀ। ਦੋ ਮੈਂਬਰ ਕਮੇਟੀ ਜਿਹੜੀ ਟੀਮ ਹੈਗੀ ਹੈ ਫੋਰੈਂਸਿਕ ਸਾਇੰਸ ਲੈਬੋਰਟਰੀ ਪੰਜਾਬ ਮੋਹਾਲੀ ਤੋਂ ਆਏ ਆ ਐਂਡ ਇਸ ਮੌਕੇ ਵਾਰਦਾਤ ਦਾ ਨਿਰੀਖਣ ਕਰਨ ਲਈ ਅਤੇ ਤੁਸੀਂ ਦੇਖ ਹੀ ਰਹੇ ਹੋ ਕਿ ਅਸੀਂ ਮੌਕੇ ਵਾਰਦਾਤ ਦਾ ਨਿਰੀਖਣ ਕਰ ਰਹੇ ਹਾਂ ਵੀ ਇਹ ਬਲੱਡ ਦੇ ਦੇਖ ਰਹੇ ਕਿੰਨੀ ਦੂਰੀ 'ਤੇ ਹੈ, ਕਿੱਦਾਂ ਕੀ ਇੰਸੀਡੈਂਟ ਕੀ ਹੋਇਆ ਸੀ, ਕਿੰਨੀ ਦੂਰੋਂ ਕੋਈ ਵੈਪਨ ਜਿਹੜਾ ਗੋਲੀ ਚੱਲੀ ਸੀ, ਕਿਸ ਤਰ੍ਹਾਂ ਚੱਲੀ ਸੀ, ਉਹ ਅਸੀਂ ਡੈੱਡ ਬੋਡੀ ਮੋਰਚਰੀ 'ਚ ਵੀ ਦੇਖੀ ਹੈ। ਬਾਕੀ ਅਸੀਂ ਐਨਾਲਿਸਿਸ ਦਾ ਕਰ ਰਹੇ ਹਾਂ, ਐਗਜ਼ਾਮੀਨੇਸ਼ਨ ਕਰ ਰਹੇ ਹਾਂ ਅਤੇ ਜਿਹੜੀ ਕੰਪਲੀਟ ਰਿਪੋਰਟ ਅਸੀਂ ਜਿਹੜੀ ਹੈ ਆਫਟਰ ਐਨਾਲਿਸਿਸ ਆਫ ਦਾ ਐਗਜ਼ਿਬਿਟਸ ਪਲੱਸ ਜਿਹੜਾ ਮੌਕਾ ਵਾਰਦਾਤ ਪਲੱਸ ਪੋਸਟਮਾਰਟਮ ਰਿਪੋਰਟ ਅਸੀਂ ਕੰਪਰੀਹੈਂਸਿਵ ਰਿਪੋਰਟ ਵਿਲ ਸਬਮਿਟ ਟੂ ਦਾ ਕੰਸਰਨਡ ਅਥਾਰਟੀਜ਼। ਸਰ, ਡੈਜੀਗਨੇਸ਼ਨ ਅਤੇ ਆਪਣਾ ਨਾਮ ਦੱਸਿਆ ਜੀ। ਆਈ ਐਮ ਡਿਪਟੀ ਡਾਇਰੈਕਟਰ ਡਾਕਟਰ ਅਸ਼ਵਨੀ ਕਾਲੀਆ FSL ਐਂਡ ਮਾਈ ਕੋਲੀਗਸ ਡਾਕਟਰ ਸੰਦੀਪ ਸਿੰਘ ਸੋਤਾ ਅਸਿਸਟੈਂਟ ਡਾਇਰੈਕਟਰ। ਸਰ, ਜਿਹੜੀ ਪੁਲਿਸ ਦੀ ਰਿਪੋਰਟ ਐਜ਼ ਆ ਪੁਲਿਸ ਨੇ FIR ਦਰਜ ਕੀਤੀ ਆ ਕ੍ਰਾਈਮ ਸੀਨ ਤੋਂ ਜੋ ਕੁਝ ਲਿਖਿਆ, ਉਸ ਤੋਂ ਇਲਾਵਾ ਤੁਸੀਂ ਆਪਣਾ ਐਗਜ਼ਾਮੀਨੇਸ਼ਨ ਕਰ ਰਹੇ FIR ਤਾਂ ਪੁਲਿਸ ਨੂੰ ਲਿਖੀ ਉਹਦੇ ਵੀ ਆਰ ਨੋਟ ਸੀਨ ਦੈਟ FIR ਕੀ, ਲੇਕਿਨ ਅਸੀਂ ਤਾਂ ਐਨਾਲਿਸਿਸ ਕਰਨਾ ਹੈ ਕਿ ਜਿਹੜੇ ਇੱਥੇ ਕ੍ਰਾਈਮ ਸੀਨ 'ਤੇ ਹੋਇਆ ਅਤੇ ਇੰਸੀਡੈਂਟ ਕਿਸ ਤਰ੍ਹਾਂ ਹੋਇਆ, ਫਾਇਰਿੰਗ ਜਿਹੜੀ ਪੁਲਿਸ ਨੇ ਗੋਲੀ ਚੱਲੀ, ਇਨਕਾਊਂਟਰ ਹੋਇਆ ਅਤੇ ਉਹ ਕਿਸ ਤਰ੍ਹਾਂ ਹੋਇਆ, ਉਹਦੇ 'ਚ ਬਲੱਡ ਜਿੱਦਾਂ ਲੱਗਿਆ ਮੌਕੇ 'ਤੇ ਮਿਲਿਆ ਸਾਨੂੰ, ਜਾਂ ਹੋਰ ਜਿਹੜੀ ਅਸੀਂ ਚੀਜ਼ਾਂ ਅਸੀਂ ਦੇਖੀਆਂ ਕਿ ਉਹ ਡਿਸਟੈਂਸ ਆਫ ਫਾਇਰ ਕਿਹੜੀ ਗੋਲੀ ਚੱਲੀ, ਕਿੰਨੀ ਕਿੱਥੇ ਚੱਲੀ, ਕਿੱਥੇ ਲੱਗੀ ਹੈ, ਕੀ ਨਹੀਂ ਲੱਗੇ, ਉਹ ਸਾਰਾ ਅਸੀਂ ਕੰਪਰੀਹੈਂਸਿਵ ਰਿਪੋਰਟ ਦੇਖ ਕੇ ਸਾਰੇ ਤੱਥਾਂ ਨੂੰ ਕੰਬਾਈਨ ਕਰਕੇ ਪੋਸਟਮਾਰਟਮ ਰਿਪੋਰਟ ਜਿਹੜੀ ਉਹ ਦੇਖ ਕਿੱਥੇ ਹੈਗੀ, ਪਲੱਸ ਉਹ ਜਿਹੜੀ ਅਸੀਂ ਫੋਟੋਗ੍ਰਾਫਸ ਲਈਆਂ ਮੋਰਚਰੀ ਦੇ ਵਿੱਚ, ਪਲੱਸ ਹੋਰ ਜਿਹੜੀ ਜਿਹੜੀ ਇਹਦੀ FIR ਵਗੈਰਾ ਅਸੀਂ ਸਟੱਡੀ ਕਰਾਂਗੇ, ਤਾਂ ਕੰਪਰੀਹੈਂਸਿਵ ਇਹਨੂੰ ਸਾਰੀ ਚੀਜ਼ਾਂ ਨੂੰ ਤੱਥ ਨੂੰ ਦੇਖਦੇ ਹੋਏ ਵਿਲ ਸਬਮਿਟ ਅਵਰ ਰਿਪੋਰਟ। ਇਸ ਮੌਕੇ DSP ਰਾਜਵੀਰ ਸਿੰਘ ਨੇ ਕਿਹਾ ਕਿ ਮੋਹਾਲੀ ਤੋਂ ਆਈ ਟੀਮ ਦਾ ਉਹਨਾਂ ਵੱਲੋਂ ਸਹਿਯੋਗ ਕੀਤਾ ਜਾ ਰਿਹਾ ਹੈ ਅਤੇ ਸਾਰੇ ਸਬੂਤ ਉਹਨਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਨੇ। ਹਾਂਜੀ, ਇਹਨਾਂ ਨੇ ਮਤਲਬ ਸਾਇੰਟੀਫਿਕ ਤੱਥ ਸਾਰੇ ਵੇਖਣੇ ਆ ਵੀ ਕਿੱਥੇ ਜਿਹੜਾ ਬਲੱਡ ਡੁੱਲਾ ਵਾ, ਇਹਨਾਂ ਨੇ ਬਲੱਡ ਵੀ ਲਿਆ ਵਾ, ਠੀਕ ਹੈ ਕਿ ਨਹੀਂ, ਇਹਨਾਂ ਡਿਸਟੈਂਸ ਮਿਲਣਾ ਹੁੰਦਾ ਵਾ, ਸਾਰੇ ਵੀ ਜਿਹੜੇ ਤਫਤੀਸ਼ ਦੇ ਸਾਇੰਟੀਫਿਕ ਪਹਿਲੂ ਆ ਉਹਨਾਂ ਦੇ ਉੱਤੇ ਇਹਨਾਂ ਨੇ ਡੰਗਿਆਈ ਨਾਲ ਵਿਚਾਰ ਕਰਕੇ ਅਤੇ ਆਪਣੀ ਰਿਪੋਰਟ ਦੇਣਗੇ। ਸਰ, ਕਿੰਨੇ ਮੈਂਬਰੀ ਟੀਮ ਹੈ ਜੀ? ਇਹ 2 ਮੈਂਬਰੀ ਟੀਮ। ਅਤੇ ਸਰ, ਜਿਹੜੇ ਜ਼ਖਮੀ ਹੋਏ ਸੀ ਕੱਲ੍ਹ ਪੁਲਿਸ ਦੇ ਮੁਲਾਜ਼ਮ, ਉਹ ਇਸ ਵਕਤ ਉਹਨਾਂ ਦੀ ਕੀ ਹਾਲਾਤ ਨੇ? ਹਾਂਜੀ, ਉਹ ਜਿਹੜਾ ਨਰਿੰਦਰ ਸਿੰਘ SHO ਖੇਮਕਰਨ, ਉਹ ਥੋੜ੍ਹਾ ਆਪਣਾ ਅਜੇ ICU 'ਚ ਨੇ, ਅਤੇ ਜਿਹੜੇ ਬਲਵਿੰਦਰ ਸਿੰਘ SHO ਉਲਟੋਆ ਨੇ ਉਹ ਰੂਮ ਵਿੱਚ ਅਮਨਦੀਪ ਹਸਪਤਾਲ ਸ਼ਿਫਟ ਕਰਤੇ। ਸਰ, ਉਹਨਾਂ ਦੇ ਜਿਹੜੇ ਹੱਥਾਂ ਦੇ ਆਪਰੇਸ਼ਨ ਸੀਗੇ ਉਹ ਹੋ ਗਏ ਸਫਲਤਾਪੂਰਵਕ ਜਾਂ? ਹਾਂਜੀ, ਉਹ ਉਹਨਾਂ ਦੇ ਸਫਲਤਾਪੂਰਵਕ ਆਪਰੇਸ਼ਨ ਹੋ ਰਿਹਾ। ਹਾਂਜੀ, ਪੋਸਟਮਾਰਟਮ ਉੱਥੇ ਪੱਟੀ ਕੀਤਾ ਜਾ ਰਿਹਾ। ਤਰਨ ਤਾਰਨ ਤੋਂ ਜਸਬੀਰ ਸਿੰਘ ਦੀ ਰਿਪੋਰਟ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚ ਅਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374-94-648, 84374-94-648। ਪੰਡਿਤ ਰਾਧੇ ਸ਼ਰਮਾ, ਚਮਤਕਾਰ ਹੁੰਦੇ ਵੇਖੋ ਆਪਣੀਆਂ ਅੱਖਾਂ ਦੇ ਸਾਹਮਣੇ, 24 ਘੰਟੇ ਵਿੱਚ ਪਾਓ ਹਰ ਪਰੇਸ਼ਾਨੀ ਦਾ ਹੱਲ, ਮੁਸਲਮਾਨੀ, ਰੂਹਾਨੀ ਅਤੇ ਕਾਲੇ ਇਲਮ ਦੇ ਬਾਦਸ਼ਾਹ, ਮੇਰੇ ਕੀਤੇ ਨੂੰ ਮੇਰੇ ਤੋਂ ਇਲਾਵਾ ਕੋਈ ਕੱਟ ਨਹੀਂ ਸਕਦਾ, ਮੋੜੀ ਵਸ਼ੀਕਰਨ ਕਰਵਾਓ, ਮਨਚਾਹ ਪਿਆਰ ਪਾਓ, ਲਵ ਮੈਰਿਜ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਜ਼ਮੀਨੀ ਝਗੜਾ, ਨੌਕਰੀ ਕਾਰੋਬਾਰ ਚ ਰੁਕਾਵਟ, ਵਿਦੇਸ਼ ਯਾਤਰਾ, ਲਾਟਰੀ ਤੋਂ ਤੁਹਾਨੂੰ ਮਿਲੇਗਾ ਜਾਂ ਨਹੀਂ, ਸੱਚਾਈ ਜਾਣੋ, ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋਮੈਕਸ, ਤੁਹਾਡੀ ਹਰ ਗੱਲ 100% ਗੁਪਤ ਰੱਖੀ ਜਾਵੇਗੀ, ਪਿਆਰ ਵਿੱਚ ਧੋਖਾ ਖਾਏ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਮਿਲੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ, ਮੋਬਾਈਲ 98 788 0 4588 88 600। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸੂਰਿਆ ਟਾਈਮਜ਼।